80 रुपये लेंदे हो तुसी उदा किन्नी पर्ची पर्ची किन्नी है तुहाडी 50 रुपये ਤੂੰ 80 ਰੁਪਏ ਕਾਹਦੇ ਲੈਂਦੇ ਹੋ 30 ਰੁਪਏ ਕਾਹਦੇ ਐਕਸਟਰਾ ਲੈਂਦੇ ਸਰ ਜੀ ਉਹਨਾਂ ਦਾ ਕੰਮ ਕਰੀਆ ਸਾਨੂੰ ਇਸ ਚੀਜ਼ ਦੇ ਬਾਰੇ ਨਹੀਂ ਨੋਲੇਜ ਮਤਲਬ ਤੁਹਾਨੂੰ ਗਲਤ ਕਰਨ ਨੂੰ ਕਹਿੰਦੇ ਤੁਸੀਂ ਕਰ ਦਿੰਦੇ ਸਰ ਜੋ ਕੰਮ ਵਾਲਾ ਸਰ ਤੁਹਾਨੂੰ ਗਲਤ ਕਰਨ ਨੂੰ ਕਹਿੰਦੇ ਤੁਸੀਂ ਕਰ ਦਿੰਦੇ ਇਧਰ ਨਹੀਂ ਰੋਕਣਾ ਰਿਕਾਰਡਿੰਗ ਹੋ ਰਹੀ ਆ ਦੇਖੋ 80 ਰੁਪਏ ਛੱਪਿਆ ਹੈ ਜੀ 80 ਰੁਪਏ ਆਪਣੇ ਦੋਸ਼ ਪਾਏ ਜਿਹੜਾ ਕੁੱਟ ਮਾਰਾ ਹੈ ਵੀ ਮਾਲਕ ਕਹਿੰਦੇ ਆ ਕਿ ਜਿਹੜੇ ਪਰਚੀ ਨਹੀਂ ਦਿੰਦਾ ਬੰਦਾ ਆ ਜਿਹੜੇ ਸਰ ਇਹ ਜਿਹੜੇ ਬੰਦੇ ਖੜੇ ਆ ਠਾਕਾ ਸਾਈ ਕਰਦੇ ਆ ਸਰ ਅੱਜ ਜਿਹੜਾ ਪਰਚੀ ਦੇ ਸੰਬੰਧ ਚ ਧਰਨਾ ਲੱਗਾ ਸੀ ਕੀ ਕਾਰਵਾਈ ਤੇ ਕੀ ਬਣਿਆ ਉਹ ਚੁਕਵਾ ਦੋ ਮੌਕੇ ਤੇ ਆ ਕੇ ਜਿਹੜੀਆਂ ਪਰਚੀਆਂ ਵੱਧ ਕੱਟੀਆਂ ਸੀ ਉਹ ਕਲੈਕਟ ਕਰ ਲਈਆਂ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਜੁਰਮਾਨਾ ਪਾ ਕੇ ਜਿਹੜਾ ਪੱਤਰ ਆ ਉਹ ਜਾਰੀ ਕਰਤਾ ਗਿਆ जरनैल जी की गल बात हुई मारकुट मंडी दे बाहर अच्छा 100 रुपये ਤੁਸੀਂ ਪੁੱਛਿਆ ਨਹੀਂ ਕਾਹਦਾ ਲੈ ਰਹੇ ਹੋ ਮੈਂ ਤਾਂ ਕਿਹਾ ਮੈਂ ਕਿਹਾ ਕੱਲ ਚੱਲ 60 ਲੈ ਤੇ ਤੂੰ ਅੱਜ ਵੀ ਉਹਨੇ ਹੀ ਲੈ ਹਾਂਜੀ ਕਹਿੰਦਾ ਨਹੀਂ ਠੇਕੇਦਾਰ ਕਹਿੰਦਾ 100 ਹੀ ਲੜਾ ਅੱਛਾ ਤੇ ਫਿਰ ਜਦ ਤੁਸੀਂ ਨਹੀਂ ਦਿੱਤੇ ਨਹੀਂ ਦਿੱਤੇ ਕਹਿੰਦਾ ਮੋਰੇ ਖੜਾ ਹੋ ਗਿਆ ਗੱਡੀ ਦੇ ਅੱਛਾ ਤਾਂ ਮਾਰ ਕੁਟਾਈ ਵੀ ਹੋਈ ਕੋਈ ਲਗਾ ਇਹ ਪੇ ਹੱਥ ਚੱਕੜ ਫੇਰ ਮੈਂ ਕਿਹਾ ਵੀ ਤੂੰ ਭਰਾ ਫੇਰ 50 ਦੇ ਕੇ ਮੈਂ ਕਿਹਾ ਐਵੇਂ ਦੂਰੇ ਦੂਰੇ ਕਾਹਦੋਂ ਧੱਕੇ ਖਾਣੇ ਮੁੰਡਾ ਇਹੀ ਚੱਲ ਜਾ ਠੀਕ ਹੈ ਜੀ ਧੰਨਵਾਦ 80 ਰੁਪਏ ਲੈਂਦੇ ਹੋ ਤੁਸੀਂ ਉਦਾਂ ਕਿੰਨੀ ਪਰਚੀ ਪਰਚੀ ਕਿੰਨੀ ਹੈ ਤੁਹਾਡੀ 50 ਰੁਪਏ ਤੂੰ 80 ਰੁਪਏ ਕਾਹਦੇ ਲੈਂਦੇ ਹੋ 30 ਰੁਪਏ ਕਾਹਦੇ ਐਕਸਟਰਾ ਲੈਂਦੇ ਸਰ ਜੀ ਉਹਨਾਂ ਦਾ ਕੰਮ ਕਰੀਆ ਸਾਨੂੰ ਇਸ ਚੀਜ਼ ਦੇ ਬਾਰੇ ਨਹੀਂ ਨੋਲੇਜ ਮਤਲਬ ਤੁਹਾਨੂੰ ਗਲਤ ਕਰਨ ਨੂੰ ਕਹਿੰਦੇ ਤੁਸੀਂ ਕਰ ਦਿੰਦੇ ਸਰ ਜੋ ਕੰਮ ਵਾਲਾ ਸਰ ਤੁਹਾਨੂੰ ਗਲਤ ਕਰਨ ਨੂੰ ਕਹਿੰਦੇ ਤੁਸੀਂ ਕਰ ਦਿੰਦੇ ਇਧਰ ਨਹੀਂ ਰੋਕਣਾ ਆ ਦੇਖੋ 80 ਰੁਪਏ ਛੱਪਿਆ ਹੈ ਜੀ 80 ਰੁਪਏ ਆਪਣੇ ਦੋਸ਼ ਪਾਏ ਜਿਹੜਾ ਕੁੱਟ ਮਾਰਾ ਹੈ ਵੀ ਮਾਲਕ ਕਹਿੰਦੇ ਆ ਕਿ ਜਿਹੜੇ ਪਰਚੀ ਨਹੀਂ ਦਿੰਦਾ ਬੰਦਾ ਆ ਜਿਹੜੇ ਸਰ ਇਹ ਜਿਹੜੇ ਬੰਦੇ ਖੜੇ ਆ ਠਾਕਾ ਸਾਈ ਕਰਦੇ ਆ ਸਰ ਅੱਜ ਜਿਹੜਾ ਪਰਚੀ ਦੇ ਸੰਬੰਧ ਚ ਧਰਨਾ ਲੱਗਾ ਸੀ ਕੀ ਕਾਰਵਾਈ ਤੇ ਕੀ ਬਣਿਆ ਉਹ ਚੁਕਵਾ ਦੋ ਮੌਕੇ ਤੇ ਆ ਕੇ ਜਿਹੜੀਆਂ ਪਰਚੀਆਂ ਵੱਧ ਕੱਟੀਆਂ ਸੀ ਉਹ ਕਲੈਕਟ ਕਰ ਲਈਆਂ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਜੁਰਮਾਨਾ ਪਾ ਕੇ ਜਿਹੜਾ ਪੱਤਰ ਆ ਉਹ ਜਾਰੀ ਕਰਤਾ ਗਿਆ ਤੇ ਇਹ ਜਿਹੜੇ ਪੈਸੇ ਲੈ ਰਹੇ ਸੀ ਗੇਟ ਤੇ ਖੜੇ ਹੋ ਕੇ ਇਹਦੀ ਕੋਈ ਅੱਗੇ ਕਾਰਵਾਈ ਹੈ ਰੁਕੀ ਹੈ ਸਾਰੇ ਕਾਰਵਾਈ ਕਰ ਰਹੇ ਉਸ ਤੋਂ ਬਾਅਦ ਕਾਨੂੰਨ ਦੇ ਹਿਸਾਬ ਨਾਲ ਧੰਨਵਾਦ ਜੀ ਤੁਹਾਡਾ ਜਰਨੈਲ ਸਿੰਘ ਜਰਨੈਲ ਜੀ ਕੀ ਗੱਲਬਾਤ ਹੋਈ ਸਰ ਤੁਹਾਡਾ ਮਾਰਕੁੱਟ ਇਸ ਮੰਡੀ ਦੇ ਬਾਹਰ ਮੇਰੇ ਤੇ ਜੋ ਘੇਰ ਕੇ ਖੜਾ ਹੋ ਗਿਆ ਕੱਲ 60 ਰੁਪਏ ਲੈ ਅੱਜ ਕਹਿੰਦਾ 100 ਹੀ ਲੜ ਅੱਛਾ 100 ਰੁਪਏ ਤੁਸੀਂ ਪੁੱਛਿਆ ਨਹੀਂ ਕਾਹਦਾ ਲੈ ਰਹੇ ਹੋ ਮੈਂ ਤਾਂ ਕਿਹਾ ਮੈਂ ਕਿਹਾ ਕੱਲ ਚੱਲ 60 ਲੈ ਤੇ ਤੂੰ ਅੱਜ ਵੀ ਉਹਨੇ ਹੀ ਲੈ ਹਾਂਜੀ ਕਹਿੰਦਾ ਨਹੀਂ ਠੇਕੇਦਾਰ ਕਹਿੰਦਾ 100 ਹੀ ਲੜ ਅੱਛਾ ਤੇ ਫਿਰ ਜਦ ਤੁਸੀਂ ਨਹੀਂ ਦਿੱਤੇ ਨਹੀਂ ਦਿੱਤੇ ਕਹਿੰਦਾ ਮੋਰੇ ਖੜਾ ਹੋ ਗਿਆ ਗੱਡੀ ਦੇ ਅੱਛਾ ਤਾਂ ਮਾਰ ਕੁਟਾਈ ਵੀ ਹੋਈ ਕੋਈ ਲਗਾ ਇਹ ਪੇ ਹੱਥ ਚੱਕੜ ਫੇਰ ਮੈਂ ਕਿਹਾ ਵੀ ਤੂੰ ਭਰਾ ਫੇਰ 50 ਦੇ ਕੇ ਮੈਂ ਕਿਹਾ ਐਵੇਂ ਦੂਰੇ ਦੂਰੇ ਕਾਹਦੋਂ ਧੱਕੇ ਖਾਣੇ ਮੁੰਡਾ ਇਹੀ ਚੱਲ ਜਾ ਠੀਕ ਹੈ ਜੀ ਧੰਨਵਾਦ